पढ़ेगा पंजाब तो मरेगा पंजाब। पंजाब पंजाबी जिंदाबाद। पंजाब सिंह देश चैनल से थोड़ा एक बार फिर तो जी आया नूं। असीं कोशिश कर रहे हैं पंजाब पद्धर से हो रहे हर इम्तिहान दे विच तुहाडी मदद करन दी, खास तौर पर पंजाबी भाषा नाल जुड़ी हुई स्कूली विद्यार्थियों की जी पढ़ाई दे विच कम आने लई कुछ वीडियो असीं पा चुके हैं तो कुछ पाने अगे पाते रहेंगे। नाल दी नाल मास्टर काडर ਅਤੇ ਜਿਹੜਾ ਨੈੱਟ ਦਾ ਇਮਤਿਹਾਨ ਆ ਪੰਜਾਬੀ ਦਾ ਉਹਦੇ ਲਈ ਵਿਸ਼ੇਸ਼ ਤੌਰ 'ਤੇ ਵੀਡੀਓ ਅਸੀਂ ਪਹਿਲਾਂ ਕਾਫੀ ਪਾ ਚੁੱਕੇ ਹਾਂ ਅਤੇ ਅੱਗੇ ਪਾਉਂਦੇ ਰਹਾਂਗੇ। ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਜ਼ਰੂਰ ਜੀ ਚੈਨਲ ਦੀ ਸਬਸਕ੍ਰਾਈਬ ਕਰਿਓ ਜੇ ਤੁਹਾਨੂੰ ਚੰਗਾ ਲੱਗੇ ਚੈਨਲ ਨਾਲ ਜੁੜ ਕੇ, ਅੱਗੇ ਦੋਸਤਾਂ ਮਿੱਤਰਾਂ ਤੱਕ ਸਾਂਝ ਜ਼ਰੂਰ ਬਣਾਇਆ ਕਰੋ। ਅੱਜ ਦੀ ਜਿਹੜੀ ਸਾਡੀ ਵੀਡੀਓ ਆ ਬਿਲਕੁਲ 2019 ਦੇ ਸਿਲੇਬਸ ਦੇ ਮੁਤਾਬਕ, ਨਵੇਂ ਸਿਲੇਬਸ ਮੁਤਾਬਕ ਪੰਜਾਬੀ ਸਾਹਿਤ ਦੀ ਕਾਲ ਵੰਡ ਦੇ ਨਾਲ ਸੰਬੰਧਿਤ ਵੀਡੀਓ ਲੈ ਕੇ ਆਏ ਹਾਂ ਜੀ। ਅੱਜ ਅਸੀਂ ਕਰਾਂਗੇ ਸਾਹਿਤ ਦੇ ਇਤਿਹਾਸ ਦੀ ਕਾਲ ਵੰਡ। ਬੜਾ ਜ਼ਰੂਰੀ ਅਤੇ ਦਿਲਚਸਪ ਵਿਸ਼ਾ ਹੈ ਜੀ। ਬਿਲਕੁਲ ਪੰਜਾਬੀ ਸਾਹਿਤ ਦੇ ਲੇਖਕਾਂ ਨੇ ਜਿਹੜਾ ਕਾਲ ਵੰਡ ਦੇ ਵਿੱਚ ਯੋਗਦਾਨ ਪਾਇਆ, ਕੋਸ਼ਿਸ਼ ਕਰਾਂਗੇ ਅਸੀਂ ਬਿਲਕੁਲ ਸਿਲੇਬਸ ਦੇ ਮੁਤਾਬਕ ਜਿਨ੍ਹਾਂ ਦਾ ਵੇਰਵਾ ਸਾਡੇ ਸਿਲੇਬਸ ਦੇ ਵਿੱਚ ਦਿੱਤਾ ਉਹਨਾਂ ਬਾਰੇ ਸਾਰੀ ਗੱਲ ਕਰਾਂਗੇ ਆਪਾਂ। ਅਤੇ ਇਹ ਬਿਲਕੁਲ ਇਹਦੇ ਨਾਲ ਸੰਬੰਧਿਤ ਸਰਤੀ ਜਾਂ ਪ੍ਰਸ਼ਨ ਆਉਂਦੇ ਹੀ ਆਉਂਦੇ ਨੇ, ਮਤਲਬ ਇਹ ਹੋ ਹੀ ਨਹੀਂ ਸਕਦਾ ਕਿ ਇਹਦੇ ਨਾਲ ਸੰਬੰਧਿਤ ਕੋਈ ਪ੍ਰਸ਼ਨ ਨਾ ਆਵੇ। ਤੋ ਧਿਆਨ ਨਾਲ ਦੇਖਿਓ ਅਤੇ ਸਮਝਿਓ, ਕੋਸ਼ਿਸ਼ ਕਰਾਂਗੇ ਆਪਾਂ ਤੁਹਾਨੂੰ ਸਮਝਾਉਣ ਦੀ, ਯਾਦ ਕਰਾਉਣ ਦੀ। ਇੱਕ ਬੜਾ ਵਧੀਆ ਦਿਲਚਸਪ ਵਿਸ਼ਾ ਹੈਗਾ ਇਹ, ਅਤੇ ਜਿਨ੍ਹਾਂ ਨੇ ਸਾਹਿਤ ਦੀ ਕਾਲ ਵੰਡ ਕੀਤੀ ਉਹਨਾਂ ਲਈ ਤਾਂ ਹੈ ਹੀ ਐਸੀ, ਅਤੇ ਜਿਹੜੇ ਇਹਦੇ ਵਿਸ਼ੇ ਦੇ ਵਿਦਿਆਰਥੀ ਨੇ ਉਹਨਾਂ ਲਈ ਹੋਰ ਵੀ ਇੱਕ ਦਿਲਚਸਪੀ ਆ। ਮਤਲਬ ਪੰਜਾਬੀ ਸਾਹਿਤ ਦੀ ਜਦੋਂ ਅਸੀਂ ਕਾਲ ਵੰਡ ਕਰਦੇ ਹਾਂ ਇਹਦੇ ਵਿੱਚ ਪ੍ਰਤੀ ਵੱਖੋ ਵੱਖ ਵਿਦਵਾਨਾਂ ਦੇ ਵਿਚਾਰ ਨੇ ਅਤੇ ਇਮਤਿਹਾਨ ਦੇ ਵਿੱਚ ਅਕਸਰ ਹੀ ਪ੍ਰਸ਼ਨ ਪੁੱਛ ਲਏ ਜਾਂਦੇ ਨੇ। ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰਦੇ ਹਾਂ ਕੋਸ਼ਿਸ਼ ਕਿਹਨਾਂ ਨੇ ਸ਼ੁਰੂਆਤ ਕੀਤੀ ਸੀਗੀ ਸਾਹਿਤ ਦੀ ਇਤਿਹਾਸਕਾਰੀ ਦੇ ਵਿੱਚ, ਬਾਬਾ ਬੁੱਧ ਸਿੰਘ। ਨਾਮ ਪੜ੍ਹਿਆ ਹੋਣਾ ਸੁਣਿਆ ਹੋਣਾ, ਕੁਝ ਗੱਲਾਂ ਖਾਸ ਕਰਾਂਗੇ ਅਸੀਂ ਸੰਖੇਪ ਦੇ ਵਿੱਚ। ਜਦੋਂ ਇਤਿਹਾਸਕਾਰੀ ਦੇ ਮਸਲੇ ਨੂੰ ਨਜਿੱਠਣ ਦੀ ਜਿਹੜੀ ਸਭ ਤੋਂ ਮੁੱਢਲੀ ਕੋਸ਼ਿਸ਼ ਸੀ ਬਾਬਾ ਬੁੱਧ ਸਿੰਘ ਨੇ, ਉਹਨਾਂ ਦਾ ਸਮਾਂ ਲਿਖਿਆ ਹੋਇਆ ਜੀ 1878 ਤੋਂ 1937, ਇਹ ਵੀ ਯਾਦ ਰੱਖਿਓ। ਅਤੇ ਬਿਲਕੁਲ ਇਮਤਿਹਾਨ ਦੇ ਪੱਖ ਤੋਂ ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਜੀ, 1878 ਤੋਂ 1937 ਮੁੱਢਲੀ ਕੋਸ਼ਿਸ਼, ਸਭ ਤੋਂ ਪਹਿਲੀ ਕੋਸ਼ਿਸ਼ ਕਹਿ ਸਕਦੇ ਆਪਾਂ। ਅਤੇ ਇਹਨਾਂ ਨੇ ਇਸ ਵਿਸ਼ੇ ਦੀ ਵਿਆਖਿਆ ਕਰਨ ਲਈ ਤਿੰਨ ਪੁਸਤਕਾਂ ਲਿਖੀਆਂ ਜੀ। ਤਿੰਨ ਪੁਸਤਕਾਂ ਦੇ ਨਾਮ ਹੰਸ ਚੋਗ 1913 ਦੇ ਵਿੱਚ, ਹਰ ਇੱਕ ਜਿਹੜੀ ਪੁਸਤਕ ਉਹਦਾ ਨਾਮ ਅਤੇ ਕਿਹੜੇ ਸਾਲ ਦੇ ਵਿੱਚ ਅਤੇ ਸਾਲ ਦਾ ਜ਼ਰੂਰੀ ਹੈ ਨਾਲ ਵੇਰਵਾ ਇਮਤਿਹਾਨ 'ਚ। ਕਈ ਵਾਰੀ ਜਿਹੜੇ ਮਿਲਾਉਣ ਵਾਲੇ ਆ ਜਾਂਦੇ ਨੇ ਇੱਕ ਦੂਜੇ ਨੂੰ ਵਿਕਲਪ ਕਈ ਵਾਰੀ, ਅਤੇ ਉਹਦੇ ਵਿੱਚ ਵੈਸੇ ਤਾਂ ਨੈੱਟ ਦੇ ਇਮਤਿਹਾਨ ਦੇ ਵਿੱਚ ਤਾਂ ਅਸੀਂ ਚੁਣਨਾ ਹੁੰਦਾ ਉਹਦੇ ਵਿੱਚੋਂ, ਠੀਕ ਹੈ ਨਾ ਜੀ। ਅਤੇ ਉੱਥੇ ਅਸੀਂ ਮਿਲਾਉਣ ਵਾਲੇ ਵੀ ਆਉਂਦੇ ਨੇ ਬਿਲਕੁਲ ਉਲਝਾਉਣ ਦੇ ਲਈ, ਤੁਹਾਨੂੰ ਕੀ ਕਰ ਲੈਂਦੇ ਨੇ ਉੱਥੇ ਇੱਕ ਅੱਧੇ ਸਾਲ ਦਾ ਫਰਕ ਪਾਉਂਦੇ ਨੇ। ਜੇ ਧਿਆਨ ਨਾਲ ਸੁਣਿਆ ਸਮਝਿਆ ਹੋਊਗਾ ਤਾਂ ਕਦੇ ਗਲਤੀ ਨਹੀਂ ਹੋਊ। ਜੇ ਅਸੀਂ ਵੈਸੇ ਹੀ ਸਰਸਰੀ ਜੀ ਨਿਗਾਹ ਮਾਰ ਕੇ ਅੱਗੇ ਲੰਘ ਜਾਵਾਂਗੇ, ਮਤਲਬ ਬਸ ਪੜ੍ਹ ਲਿਆ ਇੱਕ ਵਾਰੀ ਹੰਸ ਚੋਗ 1913, ਤਾਂ ਹੋ ਸਕਦਾ ਕਿਤੇ ਨਾ ਕਿਤੇ ਗਲਤੀ ਹੋ ਜਾਵੇ। ਅਤੇ ਗਲਤੀ ਦੀ ਗੁੰਜਾਇਸ਼ ਆਪਾਂ ਰੱਖਣੀ ਕੋਈ ਨਹੀਂ, ਹਰ ਇੱਕ ਚੀਜ਼ ਨੂੰ ਧਿਆਨ ਨਾਲ ਸੁਣਦੇ ਜਾਇਓ ਖੇਰ ਤੱਕ। ਹੰਸ ਚੋਗ 1913 ਇਸ ਤਰੀਕੇ ਨਾਲ। ਅਗਲੀ ਜਿਹੜੀ ਇਹਨਾਂ ਦੀ ਸੀਗੀ ਕੋਇਲ ਕੋ 1915 ਦੇ ਵਿੱਚ ਜੀ, ਅਤੇ ਬੰਬੀਹਾ ਬੋਲ 1925, ਬੰਬੀਹਾ ਬੋਲ 1925 ਜੀ। ਇਹ ਤਿੰਨੇ ਗੱਲਾਂ ਤੁਸੀਂ ਦਿਮਾਗ 'ਚ ਰੱਖਣੀਆਂ ਨੇ ਇਹਨਾਂ ਦੀਆਂ ਤਿੰਨੇ ਪੁਸਤਕਾਂ। ਹਾਂਜੀ, ਨਾਲ ਦੀ ਨਾਲ ਅਸੀਂ ਥੋੜ੍ਹੀ ਜਿਹੀ ਗੱਲਬਾਤ ਹੋਰ ਕਰ ਲਈਏ ਕਿ ਪਹਿਲੀ ਪੁਸਤਕ ਦੇ ਵਿੱਚ ਜਿਹੜਾ ਉਹਨਾਂ ਨੇ ਜਿਹੜਾ ਪਹਿਲੀ ਪੁਸਤਕ ਆ ਸਮੁੱਚੇ ਪੰਜਾਬੀ ਸਾਹਿਤ ਨੂੰ ਤਿੰਨ ਕਾਲਾਂ ਦੇ ਵਿੱਚ ਵੰਡਿਆ ਜੀ, ਪੁਰਾਣਾ ਮੁੱਢ, ਵਿਚਲਾ ਸਮਾਂ ਅਤੇ ਨਵਾਂ ਜੀਵਨ। ਪਹਿਲੀ ਪੁਸਤਕ ਦਾ ਵੇਰਵੇ ਦੀ ਅਸੀਂ ਗੱਲ ਪਹਿਲਾਂ ਕਰ ਚੁੱਕੇ ਨਾ ਜੀ, ਉਹਦੇ ਵਿੱਚ ਕਿੰਨੇ ਹਿੱਸਿਆਂ 'ਚ ਵੰਡਿਆ ਪੰਜਾਬੀ ਸਾਹਿਤ ਨੂੰ ਧਿਆਨ ਦੇ ਵਿੱਚ ਰੱਖਿਓ, ਯਾਦ ਰੱਖਿਓ। ਬਾਬਾ ਬੁੱਧ ਸਿੰਘ ਜੀ ਨੇ ਤਿੰਨਾਂ ਦੇ ਨਾਮ ਯਾਦ ਰੱਖਿਓ, ਪੁਰਾਣਾ ਮੁੱਢ, ਵਿਚਲਾ ਸਮਾਂ ਸਮਾਂ ਅਤੇ ਨਵਾਂ ਜੀਵਨ। ਹੁਣ ਜਿਹੜਾ ਪੁਸਤਕ ਦੇ ਪਹਿਲਾ ਭਾਗ ਪੁਰਾਣਾ ਮੁੰਡਾ, ਉਹਦੇ ਵਿੱਚ ਕੀ ਵੇਰਵਾ ਦਿੱਤਾ ਗਿਆ ਜੀ, ਅਤੇ ਬਿਲਕੁਲ ਇਕੱਲੀ ਇਕੱਲੀ ਗੱਲ ਨੂੰ ਯਾਦ ਰੱਖਣਾ ਆਪਣਾ, ਸਮਝ ਲਿਓ ਧਿਆਨ ਨਾਲ ਸੁਣਿਓ, ਯਾਦ ਰੱਖਣਾ ਦਿਮਾਗ ਦੇ ਵਿੱਚ। ਪਹਿਲਾ ਭਾਗ ਆ ਜਿਹੜਾ ਪੁਸਤਕ ਦਾ, ਜਿਹਨੂੰ
ਪਹਿਲੇ ਭਾਗ ਦਾ ਨਾਮ ਕੀ ਹੈ ਜੀ? ਪੁਰਾਣਾ ਮੁੰਡਾ। ਪਹਿਲੇ ਭਾਗ ਵਿੱਚ ਮੌਖਿਕ ਵਾਰਾਂ, ਸੇਖ ਫਰੀਦ ਜੀ ਦੀ ਬਾਣੀ, ਗੁਰਮਤਿ ਕਾਵਿ ਧਾਰਾ, ਸੂਫੀ ਕਵੀਆਂ ਭਾਈ ਗੁਰਦਾਸ ਅਤੇ ਹੋਰ ਕਈ ਸੰਤਾਂ ਭਗਤਾਂ ਦੀ ਬਾਣੀ। ਪੁਰਾਣਾ ਮੁੰਡਾ ਤਿੰਨ ਪੁਸਤਕਾਂ ਦੇ ਵਿੱਚੋਂ ਪਹਿਲੀ ਪੁਸਤਕ ਜਿਹਦਾ ਨਾਮ ਰੱਖਿਆ ਜੀ ਪੁਰਾਣਾ ਮੁੱਢ, ਅਤੇ ਪੁਰਾਣੇ ਮੁੱਢ ਦੇ ਵਿੱਚ ਮੌਖਿਕ ਵਾਰਾਂ ਤੋਂ ਸ਼ੁਰੂਆਤ ਕੀਤੀ, ਬਾਬਾ ਫਰੀਦ ਜੀ ਦੀ ਬਾਣੀ, ਗੁਰਮਤਿ ਕਾਵਿ ਧਾਰਾ ਵੀ, ਅਤੇ ਸੂਫੀ ਕਵੀ ਅਤੇ ਭਾਈ ਗੁਰਦਾਸ ਜੀ ਤੱਕ, ਅਤੇ ਕੁਝ ਸੰਤਾਂ ਭਗਤਾਂ ਦੀ ਬਾਣੀ। ਇੱਕ ਲਿਖ ਲਈ ਗੱਲ ਦਿਮਾਗ 'ਚ ਰੱਖਣੀ ਹੈ ਯਾਦ ਹੀ। ਹੁਣ ਆਪਾਂ ਗੱਲ ਕਰੀਏ ਦੂਜੀ ਪੁਸਤਕ, ਇਹਦੇ ਵਿੱਚ ਵਿਚਕਾਰਲੇ ਸਮੇਂ ਨੂੰ ਲਿਆ ਗਿਆ ਜੀ, ਜੇ ਕਿ ਕਿੱਸਾ ਕਾਵਿ ਤੱਕ ਸੀਮਿਤ ਸੀਗਾ। ਦੇਖੋ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ ਨਾ, ਸੂਫੀ ਕਵੀਆਂ ਦੀ ਪਹਿਲਾਂ ਗੱਲ ਕਰ ਚੁੱਕੇ ਹਾਂ ਅਸੀਂ, ਭਾਈ ਗੁਰਦਾਸ ਜੀ ਤੱਕ ਗੱਲ ਕੀਤੀ, ਅਤੇ ਇਕੱਲੇ ਜਿਹੜੇ ਕਿੱਸਾ ਕਵੀ ਸੀਗੇ ਉਹਨੂੰ ਦੂਜੀ ਪੁਸਤਕ ਦੇ ਵਿੱਚ ਲਿਆ ਗਿਆ ਜੀ। ਅਤੇ ਜਿਹੜੀ ਤੀਜੀ ਪੁਸਤਕ ਆ, ਤੀਜੀ ਪੁਸਤਕ ਦੇ ਵਿੱਚ ਕਿੱਸਾ ਕਾਵਿ ਨਾਲ ਸੰਬੰਧਿਤ ਵੱਖ ਵੱਖ ਰਚਨਾਵਾਂ ਬਾਰੇ, ਪਹਿਲਾਂ ਤਾਂ ਦੂਜੀ ਦੇ ਵਿੱਚ ਕਿੱਸਾ ਕਾਵਿ ਤੱਕ ਸੀਮਿਤ ਸੀਗਾ, ਮਤਲਬ ਮੁੱਢਲੀ ਜਾਣਕਾਰੀ ਦੇ ਨਾਲ ਨਾਲ, ਤੀਸਰੀ ਪੁਸਤਕ ਦੇ ਵਿੱਚ ਕੀ ਕੀਤਾ, ਕਿੱਸਾ ਕਾਵਿ ਦੇ ਨਾਲ ਸੰਬੰਧਿਤ ਜਿਹੜੀਆਂ ਵੱਖ ਵੱਖ ਰਚਨਾਵਾਂ ਸੀਗੀਆਂ ਉਹਨਾਂ ਬਾਰੇ ਸਤੀ ਜੀ ਜਾਣਕਾਰੀ, ਮਤਲਬ ਜਿਵੇਂ ਥੋੜ੍ਹੀ ਥੋੜ੍ਹੀ ਕਹਿ ਸਕਦੇ ਆਪਾਂ, ਸੰਖੇਪ ਦੇ ਵਿੱਚ ਦਿੱਤਾ ਗਿਆ ਵੇਰਵਾ ਸੀਗਾ। ਅਗਲੀ ਗੱਲ ਅਸੀਂ ਕਰਨੀ ਆ ਅੱਜ, ਕੋਸ਼ਿਸ਼ ਕਰਾਂਗੇ ਆਪਾਂ, ਅਤੇ ਜਿਹੜੀ ਅਗਲੀ ਆ ਉਹ ਹੈਗੀ ਜੀ ਸਾਡੇ ਕੋਲ ਮੋਹਨ ਸਿੰਘ ਦੀਵਾਨਾ, ਡਾਕਟਰ ਮੋਹਨ ਸਿੰਘ ਦੀਵਾਨਾ ਦਾ ਨਾਮ ਸਾਹਿਤ ਦੇ ਵਿਦਿਆਰਥੀ ਜਾਣਦੇ ਆ ਜੀ। ਹੁਣ ਆਪਾਂ ਇਹਨਾਂ ਦੇ ਬਾਰੇ ਗੱਲ ਕਰੀਏ। ਪਹਿਲੀ ਗੱਲ ਤਾਂ ਇਹ ਸੀ ਕਿ ਪਹਿਲਾ ਵਿਦਵਾਨ ਸੀ ਜਿਸਨੇ ਪੰਜਾਬੀ ਦੇ ਪੁਰਾਤਨ ਸਾਹਿਤ ਦੀ ਵਿਗਿਆਨਿਕ ਖੋਜ ਦਾ ਵੇੜਾ ਚੁੱਕਿਆ, ਇਮਤਿਹਾਨ ਦੇ ਵਿੱਚ ਅੱਜ ਪੇਪਰ ਦੇ ਵਿੱਚ, ਕਿ ਉਹ ਕਿਹੜਾ ਵਿਦਵਾਨ ਹੈ ਜਿਸਨੇ ਪੰਜਾਬੀ ਦੇ ਪੁਰਾਤਨ ਸਾਹਿਤ ਦੀ ਵਿਗਿਆਨਿਕ ਖੋਜ ਦਾ ਆਰੰਭ ਕੀਤਾ, ਵਿਗਿਆਨਿਕ ਖੋਜ ਦਾ ਵੇੜਾ ਚੁੱਕਿਆ, ਉਹ ਸੀਗਾ ਜੀ ਡਾਕਟਰ ਮੋਹਨ ਸਿੰਘ ਦੀਵਾਨਾ। ਉਹਨਾਂ ਦੀ ਪੁਸਤਕ ਦੀ ਗੱਲ ਕਰਦੇ ਹਾਂ ਆਪਾਂ, ਪੰਜਾਬੀ ਅਦਬ ਦੀ ਮੁਕਤਸਰ ਤਾਰੀਖ। ਬਿਲਕੁਲ ਜੀ, ਬਹੁਤ ਵਾਰ ਤੁਸੀਂ ਪ੍ਰਸ਼ਨ ਪੱਤਰ ਦੇਖੋ ਪਿਛਲੇ 10 ਸਾਲਾਂ ਦੇ, ਬਹੁਤ ਵਾਰੀ ਡਾਕਟਰ ਮੋਹਨ ਸਿੰਘ ਦੀਵਾਨਾ ਨਾਲ ਸੰਬੰਧਿਤ ਹੋ ਹੀ ਨਹੀਂ ਸਕਦਾ ਕਿ ਪ੍ਰਸ਼ਨ ਆਵੇ ਨਾ, ਬਿਲਕੁਲ ਆਉਂਦਾ ਹੀ ਆਉਂਦਾ ਜੀ। ਪੰਜਾਬੀ ਅਦਬ ਦੀ ਮੁਕਤਸਰ ਤਾਰੀਖ, ਉਹਨਾਂ ਦੇ ਜਿਹੜਾ ਡੀਲਟ ਦੇ ਖੋਜ ਪ੍ਰਬੰਧ ਸੀਗਾ ਡੀਲਟ ਦਾ, ਉਹ ਦੋਨੇ ਨਾਮ ਯਾਦ ਰੱਖਿਓ, ਗੱਲਾਂ ਕੀ ਨੇ, ਜਿਹੜਾ ਖੋਜ ਪ੍ਰਬੰਧ ਹੈ ਇਹ ਵੀ ਯਾਦ ਰੱਖਣਾ, ਇਹ ਹਿਸਟਰੀ ਆਫ ਪੰਜਾਬੀ ਲਿਟਰੇਚਰ ਦਿੱਤਾ ਹੋਇਆ ਜੀ 1100 ਤੋਂ ਲੈ ਕੇ 1932 ਉਹਦੇ ਉੱਪਰ ਸੀਗੇ ਖੋਜ ਪ੍ਰਬੰਧ, ਜਿਹੜਾ ਇਹ ਹਿਸਟਰੀ ਆਫ ਪੰਜਾਬੀ ਲਿਟਰੇਚਰ 1100 ਤੋਂ 1932 ਆ, ਉਹਦੇ ਉੱਤੇ ਉਹਨਾਂ ਦੇ ਡੀਲਿਟ ਦਾ ਜਿਹੜਾ ਖੋਜ ਪ੍ਰਬੰਧ ਸੀਗਾ, ਉਹਦੀ ਜਿਹੜੀ ਕਿਤਾਬ ਲਿਖੀ ਸੀ ਉਹਨਾਂ ਨੇ, ਉਹ ਸੀਗੀ ਜੀ ਪੰਜਾਬੀ ਅਦਬ ਦੀ ਮੁਕਤਸਰ ਤਾਰੀਖ। ਇਹ ਉਹਨਾਂ ਦੀ ਖੋਜ ਪ੍ਰਬੰਧ ਦਾ ਹੀ ਸਿੱਟਾ ਸੀਗਾ। ਹੁਣ ਇਹਦੇ ਵਿੱਚ ਉਹਨਾਂ ਦੇ ਪਹਿਲੇ ਅਧਿਆਏ ਦੇ ਵਿੱਚ, ਮਤਲਬ ਹੁਣ ਜਿਹੜੇ ਅਧਿਆਏ ਹੋਣਗੇ ਉਹਦੇ ਪਹਿਲੇ ਅਧਿਆਏ ਦਾ ਨਾਂ ਕੀ ਸੀਗਾ ਜੀ? ਪੰਜਾਬੀ ਅਤੇ ਪੰਜਾਬੀ ਲੋਕ, ਪੰਜਾਬੀ ਅਤੇ ਪੰਜਾਬੀ ਲੋਕ, ਡਾਕਟਰ ਮੋਹਨ ਸਿੰਘ ਦੀਵਾਨਾ ਦੀ ਪੁਸਤਕ ਪੰਜਾਬੀ ਅਦਬ ਦੀ ਮੁਕਤਸਰ ਤਾਰੀਖ, ਉਹਦਾ ਪਹਿਲਾ ਅਧਿਆਏ, ਅਤੇ ਪਹਿਲੇ ਅਧਿਆਏ ਦੇ ਵਿੱਚ ਉਹਨਾਂ ਦਾ ਨਾਮ ਸੀਗਾ ਪੰਜਾਬੀ ਅਤੇ ਪੰਜਾਬੀ ਲੋਕ। ਦੂਜਾ ਅਧਿਆਏ ਵਿੱਚ ਪੰਜਾਬੀ ਸਾਹਿਤ ਦੀ ਕਾਲਵੰਡ ਕੀਤੀ ਗਈ ਸੀ, ਕਿਉਂਕਿ ਪਹਿਲੇ ਅਧਿਆਏ 'ਚ ਪੰਜਾਬੀ ਅਤੇ ਪੰਜਾਬੀ ਲੋਕ, ਪੰਜਾਬੀਅਤ ਬਾਰੇ ਗੱਲ ਕੀਤੀ ਗਈ, ਪੰਜਾਬੀ ਬਾਰੇ ਗੱਲ ਕੀਤੀ ਗਈ, ਉਹਦੇ ਵਿੱਚ ਮੁੱਢਲੀ ਜਾਣਕਾਰੀ ਸਾਂਝੀ ਕੀਤੀ ਗਈ। ਅਤੇ ਅਗਲਾ ਗੱਲ, ਦੂਜੇ ਅਧਿਆਏ ਦੇ ਵਿੱਚ ਪੰਜਾਬੀ ਸਾਹਿਤ ਦੀ ਕਾਲਵੰਡ ਕੀਤੀ ਗਈ ਜੀ। ਮੋਹਨ ਸਿੰਘ ਦੀਵਾਨਾ ਦੀ ਜਿਹੜੀ ਕਾਲਵੰਡ ਆ, ਉਹਨਾਂ ਦਾ ਵੇਰਵਾ ਆਪਾਂ ਹੇਠਾਂ ਦੇਖਦੇ ਹਾਂ ਜੀ। ਨਾਲ ਦੀ ਨਾਲ ਉਹਨਾਂ ਨੇ ਜਿਹੜੇ ਹਿੱਸਿਆਂ ਦੇ ਵਿੱਚ ਵੰਡਿਆ, ਇਹਨੂੰ ਵੀ ਯਾਦ ਰੱਖਣਾ, ਇੱਕ ਇੱਕ ਸ਼ਬਦ ਤੁਹਾਡੇ ਇਮਤਿਹਾਨ ਦੇ ਪੱਖ ਤੋਂ ਜ਼ਰੂਰੀ ਆ, ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕਰਨਾ ਜੀ। ਪਹਿਲਾਂ ਉਹਨਾਂ ਨੇ ਪੂਰਵ ਨਾਨਕ ਕਾਲ, ਅਗਲਾ ਸਾਡੇ ਕੋਲ ਜੀ ਪੂਰਵ ਨਾਨਕ ਕਾਲ ਤੋਂ ਬਾਅਦ ਗੁਰੂ ਨਾਨਕ ਕਾਲ, ਫਿਰ ਮੁਗਲ ਕਾਲ, ਮਗਰਲਾ ਮੁਗਲ ਕਾਲ, ਅਤੇ ਫਿਰ ਰਣਜੀਤ ਸਿੰਘ ਕਾਲ, ਉਸ ਤੋਂ ਬਾਅਦ ਅੰਗਰੇਜ਼ੀ ਰਾਜ ਕਾਲ। ਅਸਲ ਦੇ ਵਿੱਚ ਪੰਜ ਭਾਗਾਂ ਦੇ ਵਿੱਚ ਵੰਡਿਆ ਗਿਆ ਜੀ, ਪੂਰਵ ਨਾਨਕ ਕਾਲ, ਗੁਰੂ ਨਾਨਕ ਕਾਲ, ਮਗਰਲਾ ਮੁਗਲ ਕਾਲ, ਰਣਜੀਤ ਸਿੰਘ ਕਾਲ, ਅੰਗਰੇਜ਼ੀ ਰਾਜ ਕਾਲ।
ਤੇ ਡਾਕਟਰ ਦੀਵਾਨਾ ਦੀ ਜਿਹੜੀ ਇੱਕ ਵੱਡੀ ਦੇਣ ਸੀਗੀ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਉਹਨਾਂ ਦੀ ਵੱਡੀ ਦੇਣ ਕੀ, ਉਹ ਤੋਂ ਪਹਿਲਾਂ ਇੱਕ ਹੋਰ ਗੱਲ ਜ਼ਰੂਰ ਧਿਆਨ ਦੇ ਵਿੱਚ ਆ ਗਈ, ਹੁਣ ਮੌਕੇ 'ਤੇ ਗੱਲ ਕਰਦੇ ਕਰਦੇ ਤੁਸੀਂ ਜ਼ਰੂਰ ਯਾਦ ਰੱਖਣਾ ਉਹ ਚੀਜ਼ ਨੂੰ, ਜਿਹੜਾ ਤਾਂ ਸਾਡੇ ਕੋਲ ਹੈਗਾ ਜੀ ਪੂਰਬ ਨਾਨਕ ਕਾਲ। ਇਹਨੂੰ ਗੋਰਖ ਕਾਲ ਦਾ ਨਾਮ ਵੀ ਦਿੱਤਾ ਗਿਆ, ਯਾਦ ਰੱਖਿਓ ਪੂਰਬ ਨਾਨਕ ਕਾਲ ਗੋਰਖ ਕਾਲ। ਅਤੇ ਸਮਾਂ ਸੀਗਾ ਜੀ 850 ਈਸਵੀ ਤੋਂ ਲੈ ਕੇ 1450 ਈਸਵੀ ਤੱਕ। ਦੂਜੇ ਨੰਬਰ 'ਤੇ ਆਉਂਦਾ ਜੀ ਸਾਡੇ ਕੋਲ ਨਾਨਕ ਕਾਲ, ਗੁਰੂ ਨਾਨਕ ਕਾਲ ਇਹ ਹੈਗਾ ਜੀ 1450 ਤੋਂ ਲੈ ਕੇ 1700 ਤੱਕ। ਅਤੇ ਤੀਜਾ ਜਿਹਨੂੰ ਅਸੀਂ ਮਗਰਲਾ ਮੁਗਲ ਕਾਲ ਕਹਿੰਦੇ ਹਾਂ ਜੀ, ਇਹਨੂੰ ਦੂਜਾ ਮੁਗਲਾਈ ਕਾਲ ਵੀ ਕਿਹਾ ਜਾਂਦਾ ਹੈ ਜਾਂ ਵਾਰਿਸ਼ ਕਾਲ, ਜਿਹੜਾ ਕਿ 1700 ਤੋਂ ਲੈ ਕੇ 1800 ਤੱਕ ਆ ਜੀ। ਅਤੇ ਅਗਲਾ ਸਾਡਾ ਸਾਡੇ ਕੋਲ ਰਣਜੀਤ ਸਿੰਘ ਕਾਲ ਹੈ ਜੀ, ਇਹਦਾ ਸਮਾਂ ਹੈਗਾ 1800 ਤੋਂ ਲੈ ਕੇ 1860 ਤੱਕ ਦਾ ਸਮਾਂ। ਅਤੇ ਜਿਹੜਾ ਅੰਗਰੇਜ਼ੀ ਰਾਜ ਕਾਲ ਹੈ ਜੀ ਸਾਡੇ ਕੋਲ, ਇਹਦਾ ਸਮਾਂ ਹੈਗਾ ਜੀ ਬਰਤਾਨਵੀ ਕਾਲ, ਹਾਂ ਜਾਦੂਨੀ ਕਾਲ, ਜਿਹੜਾ ਭਾਈ ਵੀਰ ਸਿੰਘ ਕਾਲ ਉਹਦਾ ਨਾਮ ਵਿੱਚ ਵਰਣਨ ਆਉਂਦਾ। ਅਤੇ 1860 ਤੋਂ ਅੱਗੇ ਦਾ ਜਿਹੜਾ ਸਮਾਂ ਜੀ ਉਹ ਅੰਗਰੇਜ਼ੀ ਰਾਜ ਕਾਲ ਆ। ਇਹ ਗੱਲਾਂ ਵੀ ਯਾਦ ਰੱਖਣ ਜ਼ਰੂਰੀ ਨੇ। ਇਹਦੇ ਦੋ ਦੋ ਨਾਮ ਨੇ ਜੀ, ਅਤੇ ਗੁਰੂ ਨਾਨਕ ਕਾ ਜਿਹੜਾ ਪੂਰਬ ਗੁਰੂ ਨਾਨਕ ਕਾਲ ਸੀਗਾ। ਹਾਂਜੀ, ਜਦੋਂ ਅਸੀਂ ਵੱਡੀ ਦੇਣ ਦੀ ਗੱਲ ਕਰ ਰਹੇ ਕੀਤੀ ਸੀ ਪਹਿਲਾਂ ਕਰ ਰਹੇ ਸੀਗੇ, ਅਤੇ ਦੇਖੋ ਜੀ ਜਿਹੜੀ ਵੱਡੀ ਦੇਣ ਆ ਸਭ ਤੋਂ ਦੀਵਾਨਾ ਦੀ, ਜਿਹੜੀ ਡਾਕਟਰ ਦੀਵਾਨਾ ਦੀ ਉਹ ਜੀ ਬਾਬਾ ਫਰੀਦ ਜੀ ਬਾਰੇ ਸਪਸ਼ਟ ਕਰਨਾ, ਕਿਉਂਕਿ ਇਹਦੇ ਬਾਰੇ ਕੁਲਜਨ ਸੀਗੀ ਜੀ ਸਾਹਿਤਕਾਰੀ ਦੇ ਵਿੱਚ, ਅਤੇ ਇਸ ਤੋਂ ਪਹਿਲਾਂ ਇਹ ਦੁਵਿਧਾ ਬਣੀ ਹੋਈ ਸੀਗੀ ਉਹਦੇ ਵਿੱਚ ਉਲਝਣ 'ਚ ਸੀਗਾ ਕਿ ਜਿਹੜੇ ਬਾਬਾ ਫਰੀਦ ਜੀ ਦੀ ਬਾਣੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਕਿਹੜੇ ਫਰੀਦ ਦੀ ਆ, ਕਿਉਂਕਿ ਜਦੋਂ ਅਸੀਂ ਸੂਫੀ ਕਾਵਿ ਪੜ੍ਹਦੇ ਹਾਂ ਸਾਡੇ ਕੋਲ ਬਾਬਾ ਫਰੀਦ ਸ਼ੇਖ ਫਰੀਦ ਦਾ ਨਾਮ ਆਉਂਦਾ ਅਤੇ ਇੱਕ ਗੁਲਾਮ ਫਰੀਦ, ਅਤੇ ਉਹਨਾਂ ਦੋਨੋਂ ਜੋ ਨਾਮ ਮਿਲਦੇ ਆ ਜਿਹੜੇ ਉਹਦੇ ਕਾਰਨ ਜਿਹੜੀ ਉਹਨਾਂ ਦੀ ਗੱਦੀ ਦੇ 12ਵੇਂ ਵਾਰਿਸ ਸੀਗੇ ਇਸੇ ਕਰਕੇ ਉਲਝਣ ਸੀਗੀ, ਅਤੇ ਜਿਹਨੂੰ ਪੂਰੀ ਤੌਰ 'ਤੇ ਸਪਸ਼ਟ ਕੀਤਾ ਡਾਕਟਰ ਦੀਵਾਨਾ ਨੇ, ਕਿਉਂਕਿ ਫਰੀਦ ਸਾਨੀ ਅਤੇ ਫਰੀਦ ਸ਼ੇਖ ਫਰੀਦ ਗੁਲਾਮ ਫਰੀਦ ਵੀ ਜਾਂ ਫਰੀਦ ਸਾਨੀ ਦਾ ਨਾਮ ਸੀ ਉਹਨਾਂ ਜੀ। ਅਤੇ ਫਿਰ ਜਿਹੜਾ ਡਾਕਟਰ ਦੀਵਾਨਾ ਨੇ ਨਿਰਣਾ ਕੀਤਾ, ਕਿਉਂਕਿ ਆਦਿ ਗ੍ਰੰਥ ਸਾਹਿਬ ਦੇ ਵਿੱਚ ਪਹਿਲਾਂ ਬਾਣੀ ਦਰਜ ਕੀਤੀ ਸੀਗੀ, ਅਤੇ ਉਹਦੇ ਵਿੱਚ ਉਹਨਾਂ ਨੇ ਜਿਹੜਾ ਇਹ ਚੀਜ਼ਾਂ ਕੀਤਾ ਕਿ ਜਿਹੜੀ ਬਾਣੀ ਹੈ ਜੀ ਸ਼ੇਖ ਫਰੀਦ ਜੀ ਦੀ ਹੀ ਆ, ਮਤਲਬ ਇਹਨਾਂ ਨੇ ਸਬੂਤ ਕੁਝ ਨਾ ਕੁਝ ਖੋਜ ਆਧਾਰਿਤ ਕੰਮ ਕੀਤਾ, ਅਤੇ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਹੋਰ ਸਾਹਿਤਕਾਰਾਂ ਨੇ ਵੀ ਅਪਣਾ ਲਿਆ, ਜਿਵੇਂ ਕਿ ਪ੍ਰੋਫੈਸਰ ਸਾਹਿਬ ਸਿੰਘ, ਪਤਾ ਸਾਨੂੰ ਇਤਿਹਾਸ ਨਾਲ ਜੁੜੀ ਹੋਈ ਸ਼ਖਸੀਅਤ, ਬੜਾ ਖੋਜ ਦਾ ਕੰਮ ਕੀਤਾ ਉਹਨਾਂ ਨੇ, ਅਤੇ ਭਾਈ ਜੋਤ ਸਿੰਘ, ਪ੍ਰੋਫੈਸਰ ਪ੍ਰੀਤਮ ਸਿੰਘ ਨੇ ਵੀ ਡਾਕਟਰ ਦੀਵਾਨਾ ਦੇ ਇਸ ਕਥਨ ਨੂੰ ਪੂਰੀ ਤਰ੍ਹਾਂ ਨਾਲ ਪ੍ਰਮਾਣਿਤ ਸਿੱਧ ਕਰ ਦਿੱਤਾ, ਅਤੇ ਉਹਨਾਂ ਨੇ ਵੀ ਇਹਦੇ ਉੱਪਰ ਆਪਣੀ ਸਹਿਮਤੀ ਦਿੱਤੀ ਵੀ। ਹਾਂਜੀ, ਡਾਕਟਰ ਦੀਵਾਨਾ ਇੱਕ ਅਜਿਹੇ ਖੋਜੀ ਅਤੇ ਇਤਿਹਾਸਕਾਰ ਦੇ ਰੂਪ ਵਿੱਚ ਸਾਹਮਣੇ ਆਉਂਦਾ ਕਿ ਜਿਸ ਨੇ ਬਾਬਾ ਬੁੱਧ ਸਿੰਘ ਦੀ ਸਾਹਿਤ ਸੰਕਲਨ ਪਰੰਪਰਾ ਨੂੰ ਅੱਗੇ ਤੋਰਿਆ। ਅਸਲ 'ਚ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਸਾਹਿਤ ਦੀ ਇਤਿਹਾਸਕਾਰੀ ਦੀ, ਸਾਨੂੰ ਪਤਾ ਕਿ ਬਾਬਾ ਬੁੱਧ ਸਿੰਘ ਤੋਂ ਸ਼ੁਰੂਆਤ ਕੀਤੀ, ਮਤਲਬ ਉਸ ਤੋਂ ਅੱਗੇ ਦਾ ਕੰਮ ਬੇਸ਼ੱਕ ਜਿਹੜੀ ਪਹਿਲਾਂ ਅਸੀਂ ਗੱਲ ਕੀਤੀ ਬਾਬਾ ਬੁੱਧ ਸਿੰਘ ਦੀ, ਅਤੇ ਪ੍ਰਮਾਣਿਕ ਸਾਹਿਤ ਦੀ ਇਤਿਹਾਸਕਾਰੀ ਕਿਹੜੀ ਹੋਊਗੀ ਉਹ ਅਸੀਂ ਅਖੀਰ ਤੱਕ ਗੱਲ ਕਰਾਂਗੇ ਜੀ। ਅਤੇ ਪਰ ਜਿਹੜਾ ਵੀ ਮਤਲਬ ਜਿਸ ਤਰੀਕੇ ਨਾਲ ਸਾਡੇ ਸਾਹਿਤ ਦੀ ਇਤਿਹਾਸਕਾਰੀ ਕਰਨ ਵਾਲੇ ਸਾਹਿਤਕਾਰ ਹੋਏ ਨੇ, ਅਸੀਂ ਉਹਨਾਂ ਦਾ ਵੇਰਵਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਦੇਖੋ, ਇੱਕ ਵੀਡੀਓ ਦੇ ਵਿੱਚ ਵੀ ਸਾਰੀ ਗੱਲ ਕੀਤੀ ਜਾ ਸਕਦੀ ਹੈ, ਪਰ ਮਤਲਬ ਉਸ ਢੰਗ ਨਾਲ ਨਹੀਂ, ਨਾ ਤੁਹਾਡੇ ਕੋਲ ਸਾਡੀ ਭੱਜ ਦੌੜ ਦੇ ਸਮੇਂ ਦੀ ਵੀ ਸਮੱਸਿਆ ਆ ਜਾਂਦੀ ਹੈ, ਕਿਤੇ ਨਾ ਕਿਤੇ ਸਮੇਂ 'ਚੋਂ ਸਮਾਂ ਕੱਢ ਕੇ ਅਸੀਂ ਵੀਡੀਓ ਦੀ ਸਾਂਝ ਬਣਾਉਣੀ ਆ, ਮਿਹਨਤ ਕਰਦੇ ਹਾਂ ਥੋੜ੍ਹੀ ਬਹੁਤੀ, ਅਤੇ ਇਹ ਮਿਹਨਤ ਅਸੀਂ ਤਾਂ ਕਰ ਹੀ ਰਹੇ ਹਾਂ, ਇਹ ਮਿਹਨਤ ਬਸ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ ਕਿ ਇੱਕੋ ਹੀ ਗੱਲ ਸਿੱਖੀ ਜ਼ਿੰਦਗੀ 'ਚ ਕਿ ਕਰ ਭਲਾ ਹੋ ਭਲਾ ਅੰਤ ਪੜੇ ਦਾ ਭਲਾ। ਕੋਸ਼ਿਸ਼ ਕਰਿਆ ਕਰੋ ਸਾਡੀ ਇਸ ਮਿਹਨਤ ਦੇ ਲਈ ਜਾਂ ਮਿਹਨਤ ਦੇ ਵਿੱਚ ਜੋ ਕਮੀਆਂ ਨੇ ਉਹਦੇ ਲਈ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਬੇਟਾ, ਜੇ ਤੁਹਾਨੂੰ ਕਮੀ ਲੱਗਦੀ ਹੈ ਤਾਂ ਸਲਾਹ ਜ਼ਰੂਰ ਦਿਆ ਕਰੋ, ਅਤੇ ਨਹੀਂ ਜੇ ਤੁਹਾਨੂੰ ਕੁਝ ਚੰਗਾ ਲੱਗਦਾ ਤਾਂ ਹੌਸਲਾ ਜ਼ਰੂਰ ਦਿਆ ਕਰੋ। ਦੇਖੋ, ਕੋਈ ਨੁਕਸਾਨ ਨਹੀਂ, ਬਸ ਸਿਰਫ ਵੀਡੀਓ ਦੇਖਦੇ ਦੇਖਦੇ ਹੇਠਾਂ ਕਮੈਂਟ ਕਰ ਸਕਦੇ ਹੋ, ਤੁਸੀਂ ਲਾਈਕ ਕਰ ਸਕਦੇ ਹੋ, ਅਤੇ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ, ਅਤੇ ਸ਼ੇਅਰ ਕਰਨ ਨਾਲ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਤੱਕ ਪਹੁੰਚ ਕਰੋ, ਅਤੇ ਸਾਡੇ ਉਮੀ ਖੁਸ਼ੀ ਹੋਵੇਗੀ ਕਿ ਪੰਜਾਬੀ ਬੋਲੀ ਲਈ ਜਿਹੜੇ ਸਾਡੇ ਦੋਸਤ ਨੇ, ਸਾਡੇ ਇਹਨੂੰ ਚਾਹੁਣ ਵਾਲੇ ਨੇ, ਅਤੇ ਉਹ ਉਹਨਾਂ ਦਾ ਘੇਰਾ ਬਹੁਤ ਵੱਡਾ, ਪਰ ਅਸਲ 'ਚ ਇਹ ਪਹੁੰਚ ਘੱਟ ਤੱਕ ਹੋ ਰਹੀ ਆ, ਅਤੇ ਤੁਸੀਂ ਵੱਧ ਤੋਂ ਵੱਧ ਇਹਨਾਂ ਵੀਡੀਓ ਨੂੰ ਇਸ ਚੈਨਲ ਨੂੰ ਅੱਗੇ ਦੇ ਅੱਗੇ ਵਧਾਉਣਾ ਸੀ।
ਧੰਨਵਾਦ, ਮਿਹਰਬਾਨੀ, ਅਤੇ ਅਗਲੀ ਵੀਡੀਓ ਦੇ ਨਾਲ ਬਹੁਤ ਜਲਦ ਮਿਲਦੇ ਹਾਂ। ਉਦੋਂ ਤੱਕ ਲਈ ਹੱਸਦੇ ਵੱਜਦੇ ਰਹੋ, ਖੁਸ਼ ਰਹੋ, ਤਰੱਕੀਆਂ ਮਾਣੋ, ਰੱਬ ਰਾਖਾ।